ਪਿਆਰ ਕਾਲ ਦੋਸਤੋ ਟੂਡੇ ਨਿਊਜ਼ ਲਾਈਵ ਦੇਖ ਰਹੇ ਸਾਰੇ ਸਤਿ ਸ਼੍ਰੀ ਅਕਾਲ ਜੀ ਆਉਣ ਇਸ ਵੇਲੇ ਦੀ ਵੱਡੀ ਖਬਰ ਪੀਐਮ ਮੋਦੀ ਨੇ ਕੈਬਨਟ ਮੀਟਿੰਗ ਵਿੱਚ ਲਾਏ ਇਹ ਵੱਡੇ ਫੈਸਲੇ ਦੇਖੋ ਪੂਰੀ ਖਬਰ ਤਾਂ ਜੋ ਤੁਹਾਨੂੰ ਸਾਰੀ ਵੀਡੀਓ ਪਰ ਇਨਫੋਰਮੇਸ਼ਨ ਮਿਲ ਸਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵੀਰਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਖੇਤੀਬਾੜੀ ਅਤੇ ਸਿਹਤ ਦੇ ਖੇਤਰਾਂ ਲਈ ਕਈ ਹਮ ਫੈਸਲੇ ਲਏ ਗਏ ਹਨ ਮੰਤਰੀ ਮੰਡਲ ਦੀ ਬੈਠਕ ਵਿੱਚ ਮਾਰਕੀਟ ਰਾਹੀਂ 1 ਲੱਖ ਕਰੋੜ ਰੁਪਏ ਦੇ ਕਿਸਾਨਾਂ ਤੱਕ ਪਹੁੰਚਣ ਦੀ ਯੋਜਨਾ ਤਿਆਰ ਕੀਤੀ ਗਈ ਹੈ ਕੇਂਦਰੀ ਮੰਤਰੀ ਅਨਸਾਠਾਖਰ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਮੀਡੀਆ ਦੇ ਸ਼ੈਤੀ ਕਰਨ ਲਈ ਵਚਨਬੱਧ ਹੈ। ਜਿਸ ਦੇ ਨਾਲ ਇਹ ਕੋਵਿਡ ਵਿਰੋਧ ਲੜਾਈ ਲਈ ਸਿਹਤ ਪੈਕੇਜ ਦੀ ਘੋਸ਼ਣਾ ਵੀ ਕੇਂਦਰ ਦੁਆਰਾ ਕੀਤੀ ਗਈ। ਖੇਤਰੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਮੈਂ ਕਿਸਾਨ ਅੰਦੋਲਨ ਨਾਲ ਜੁੜੇ ਦੋਸਤਾਂ ਨੂੰ ਕਹਿਣਾ ਚਾਹਣਾ ਹੈ ਕਿ ਐਮਐਸਪੀ ਨਵੇਂ ਕਾਨੂੰਨ ਨਾਲ ਖਤਮ ਨਹੀਂ ਹੋਵੇਗੀ ਨਾ ਹੀ ਨਾਲ ਹੀ ਉਹਨਾਂ ਇਹ ਮੀਡੀਆ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤੋਮਰ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਬੁਨਿਆਦੀ ਟਾਂਚਾ ਫੰਡ ਵਜੋਂ 1 ਲੱਖ ਕਰੋੜ ਦੀ ਰਕਮ ਰਾਸ਼ੀ ਜਾਰੀ ਕੀਤੀ ਸਹੀ ਹੁਣ ਐਮਪੀਸੀ ਦੀ ਇਸ ਫੰਡ ਦੀ ਵਰਤੋਂ ਕਰ ਸਕੇਗਾ ਦੂਜੇ ਪਾਸੇ ਸੇ ਕੇਂਦਰੀ ਸਿਹਤ ਮੰਤਰੀ ਮਨਸੁਖ ਵੰਡਿਆ ਨੇ ਵੀ कोरोना वायरस ਖਿਲਾਫ ਲੜਾਈ ਵਿੱਚ ਸਿਹਤ ਖੇਤਰ ਲਈ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ ਉਹਨਾਂ ਨੇ ਕਿਹਾ ਹੈ ਕਿ ਕੋਵਿਡ ਦੀ ਸ਼ੁਰੂਆਤ ਸਮੇਂ 15000 ਕਰੋੜ ਦਾ ਫੰਡ ਦਿੱਤਾ ਗਿਆ ਸੀ ਜਿਸ ਕਾਰਨ ਕੋਵਿਡ ਹੈਲਥ ਸੈਂਟਰ ਕੇਅਰ ਸੈਂਟਰ ਅਤੇ ਲੈਬ ਨੂੰ ਅਪਗ੍ਰੇਡ ਕੀਤਾ ਗਿਆ ਸੀ ਇਸ ਤਰ੍ਹਾਂ ਕਰੋਨਾ ਦੀ ਦੂਜੀ ਲਹਿਰ ਵਿੱਚ ਵੀ ਆਈਆਂ ਮੁਸ਼ਕਲਾਂ ਨਾਲ ਨਜਿੱਠਣ ਲਈ ਭਾਰਤ ਸਰਕਾਰ ਨੇ 23000 ਕਰੋੜ ਰੁਪਏ ਦਾ ਦੂਜਾ ਪੈਕੇਜ ਜਾਰੀ ਕੀਤਾ ਹੈ ਕਾਨਫਰੈਂਸ ਦਰਾਨ ਸੂਚਨਾ ਤੇ ਪ੍ਰਸਾਣ ਮੰਤਰੀ ਅਰਗਨ ਠਾਕੁਰ ਸੇਤ ਮੰਤਰੀ ਸੰਮੁਖ ਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਮੌਜੂਦ ਸਨ ਇਸ ਦੇ ਨਾਲ ਹੀ ਇਹ ਬੈਠਕ ਲਗਭਗ ਹੋਈ ਜਿਸ ਵਿੱਚ 30 ਮੰਤਰੀ ਸ਼ਾਮਲ ਹੋਏ ਅਤੇ ਪ੍ਰਤਾਨ ਮੰਤਰੀ